ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਗੱਲ ਕਰਨੀ ਆ ਕੋਰਾ ਜਿਨ ਦੀ ਡੁਪਲੀਕੇਸੀ ਬਾਰੇ, ਵੀ ਕੋਰਾ ਜਿਨ ਅਸਲੀ ਹੈ ਜਾਂ ਨਕਲੀ, ਵੀ ਇਹ ਕਿਵੇਂ ਪਤਾ ਲੱਗੂਗਾ। ਇਹ ਬਹੁਤ ਵੱਡੀ ਕਨਫਿਊਜ਼ਨ ਹੈਗੀ ਆ ਜੀ ਕੋਰਾ ਜਿਨ ਦੀ, ਅਤੇ ਡੁਪਲੀਕੇਸੀ ਵੀ ਸਭ ਤੋਂ ਵੱਧ ਕੋਰਾ ਜਿਨ ਦੀ ਆ ਰਹੀ ਆ। ਸਭ ਤੋਂ ਵੱਧ ਪਹਿਲੇ ਨੰਬਰ 'ਤੇ ਕੋਰਾ ਜਿਨ ਦੀ ਡੁਪਲੀਕੇਸੀ ਆਉਣ ਲੱਗੀ ਦੀ ਮਾਰਕੀਟ ਦੇ ਵਿੱਚ। ਉਦੋਂ ਬਾਅਦ ਹੋਰ ਦਵਾਈਆਂ ਵੀ ਬਹੁਤ ਆਉਣ ਲੱਗ ਗਈਆਂ ਸੀਆਂ, ਯਾਨੀ ਕਿ ਸ਼ੁਰੂਆਤ ਕੋਰਾਜਨ ਦੀ ਹੋਈ ਤੀ ਜੀ ਬਹੁਤ। 2-2 ਲੱਖ ਪੈਕ ਇਕੱਠਾ ਡੁਪਲੀਕੇਟ ਫੜਿਆ ਜਾਂਦਾ ਸੀ ਕੋਰਾਜਨ ਦਾ। ਅਤੇ ਇਹਦੀ ਡੁਪਲੀਕੇਸੀ ਤੋਂ ਬਚਣ ਲਈ ਵੀ ਕੀ ਕੀਤਾ ਜਾਵੇ, ਕਿਵੇਂ ਆਪਾਂ ਪਹਿਚਾਣ ਕਰ ਸਕਦੇ ਹਾਂ, ਇਹ ਆਪਾਂ ਨੂੰ ਪਤਾ ਕਰਨਾ ਜ਼ਰੂਰੀ ਆ ਤਾਂ ਕਿ ਕਿਸਾਨ ਨੁਕਸਾਨ ਹੋਣ ਤੋਂ ਬਚ ਸਕੇ। ਕਿਸਾਨ ਦਾ ਬਹੁਤ ਵੱਡਾ ਨੁਕਸਾਨ ਹੋ ਜਾਂਦਾ, ਫਸਲ ਤਾਂ ਖਰਾਬ ਹੋ ਜਾਂਦੀ ਆ ਅਤੇ ਕੋਸਟ ਦੇ ਵਿੱਚ ਵੀ ਪੈਸੇ ਦਾ ਵੀ ਨੁਕਸਾਨ ਹੁੰਦਾ, ਅਤੇ ਡਬਲ ਟ੍ਰਿਪਲ ਨੁਕਸਾਨ ਹੋ ਜਾਂਦਾ ਜੇ ਇੱਕ ਪੈਕ ਵੀ ਡੁਪਲੀਕੇਟ ਆ ਜਾਵੇ। ਉਹਦੇ ਲਈ ਆਪਾਂ ਨੇ ਕੀ ਕਰਨਾ, ਕਿਵੇਂ ਪਤਾ ਲੱਗੂਗਾ, ਉਹਦੇ ਲਈ ਜੀ ਸਿੱਧੇ ਸੌਖੇ ਸ਼ਬਦਾਂ ਦੇ ਵਿੱਚ ਪਹਿਲੀ ਗੱਲ ਤਾਂ ਇਹ ਆ ਵੀ ਕੋਈ ਵੀ ਦੁਕਾਨਦਾਰ ਤੋਂ ਆਪਾਂ ਕੋਰਾ ਜਿਨ ਲੈ ਰਹੇ ਹਾਂ ਤਾਂ ਉਹਦੇ ਨਾਲ ਪੱਕਾ ਬਿੱਲ, GST ਵਾਲਾ ਪੱਕਾ ਬਿੱਲ ਜਿਹੜਾ ਕੰਪਿਊਟਰ ਨਾਲ ਕੱਢ ਕੇ ਦਿੰਦੇ ਨੇ ਉਹ ਜ਼ਰੂਰ ਲਵੋ। ਉਹਦੇ ਉੱਤੇ GST ਨੰਬਰ ਮੈਂਸ਼ਨ ਹੁੰਦਾ ਪ੍ਰੋਪਰ ਤੌਰ 'ਤੇ, ਉਹ ਦੇਖੋ। ਅਤੇ ਸੈਕਿੰਡ ਨੰਬਰ ਦੇ ਉੱਤੇ ਉਹ ਬਿੱਲ ਦੇ ਉੱਤੇ ਇੱਕ ਬੈਚ ਨੰਬਰ ਹੁੰਦਾ ਜੀ, ਅਤੇ ਉਹ ਜਿਹੜੀ ਆਪਾਂ ਬੋਤਲ ਲੈਂਦੇ ਹਾਂ, ਜਿਵੇਂ ਆਹ ਬੋਤਲ ਆ, ਇਹ ਬੋਤਲ ਦੇ ਆ ਥੱਲੇ ਬੈਚ ਨੰਬਰ ਲਿਖਿਆ ਹੁੰਦਾ, ਅਤੇ ਆਹ ਦੇਖੋ ਜਿਵੇਂ ਇਹਦੇ ਉੱਤੇ ਪਹਿਲੇ ਨੰਬਰ 'ਤੇ ਲਿਖਿਆ ਹੋਇਆ ਨਾ ਬੀ ਨੰਬਰ, ਬੈਚ ਨੰਬਰ ਹੁੰਦਾ ਇਹ, ਅਤੇ ਉਹ ਬਿੱਲ ਦੇ ਉੱਤੇ ਉਹ ਬੈਚ ਨੰਬਰ ਵੀ ਪ੍ਰੋਪਰ ਤੌਰ ਦੇ ਉੱਤੇ ਲਿਖਿਆ ਹੋਣਾ ਚਾਹੀਦਾ। ਕਈ ਵਾਰੀ ਦੁਕਾਨਦਾਰ ਕੀ ਕਰਦੇ ਨੇ, ਮਿਸਗਾਈਡਸ ਕਰ ਦਿੰਦੇ ਨੇ, ਮਗਰਲੇ 3 ਅੱਖਰ ਜਿਵੇਂ ਇਹਦੇ 714 ਲਿਖਿਆ ਹੋਇਆ ਇਹ ਲਿਖ ਦਿੰਦੇ ਨੇ, ਇਹ ਨਹੀਂ ਲਿਖਿਆ ਹੋਣਾ ਚਾਹੀਦਾ ਜੀ, ਪ੍ਰੋਪਰ ਬੈਚ ਨੰਬਰ ਲਿਖਿਆ ਹੋਣਾ ਚਾਹੀਦਾ ਵੀ ਬੈਚ ਨੰਬਰ AP R 19 SB 714। ਵੀ ਆ ਸਾਰਾ ਜਾਣੀ ਕਿ AP R 19 SB 714 ਵੀ ਇਹ ਪੂਰਾ ਲਿਖਿਆ ਹੋਣਾ ਚਾਹੀਦਾ, ਨਾ 2 ਅੱਖਰ, ਨਾ 3 ਅੱਖਰ, ਨਾ 4 ਅੱਖਰ, ਇਹ ਨਹੀਂ ਵੀ ਪ੍ਰੋਪਰ ਪੂਰਾ ਲਿਖਿਆ ਹੋਣਾ ਚਾਹੀਦਾ ਪਹਿਲੇ ਨੰਬਰ ਦੇ ਉੱਤੇ, ਤਾਂ ਇਹ ਕਿਸਾਨ ਵੀਰਾਂ ਨੂੰ ਧਿਆਨ ਰੱਖਣ ਯੋਗ ਹਦਾਇਤਾਂ ਨੇ। ਅਤੇ ਦੂਜੇ ਨੰਬਰ ਦੇ ਉੱਤੇ ਆਪਾਂ ਬੋਤਲ ਤੋਂ ਕਿਵੇਂ ਪਤਾ ਕਰ ਸਕਦੇ ਹਾਂ, ਜਿਵੇਂ ਹੁਣ ਇਹ ਬੋਤਲ ਆ ਕੋਰਾਜਨ ਦੀ, ਇਹਦੇ ਉੱਤੋਂ ਵੀ ਆਪਾਂ ਪਤਾ ਕਰ ਸਕਦੇ ਹਾਂ ਵੀ ਕੋਰਾਜਨ ਕਿਵੇਂ ਓਰਿਜਨਲ ਆ ਜਾਂ ਡੁਪਲੀਕੇਟ ਆ। ਪਹਿਲੇ ਨੰਬਰ ਦੇ ਉੱਤੇ ਤਾਂ ਜਿਹੜੀ ਇਹਦੀ ਆ ਪ੍ਰਿੰਟਿੰਗ ਆ ਜੀ, ਆ ਪ੍ਰਿੰਟਿੰਗ ਦੇਖੋ ਪ੍ਰੋਪਰ ਧਿਆਨ ਨਾਲ, ਕਿਵੇਂ ਲਿਖਿਆ ਹੋਇਆ ਕਸਟਮ ਕੇਅਰ ਨੰਬਰ ਆ ਜਾਂ FMC ਇੰਡੀਆ ਪ੍ਰਾਈਵੇਟ ਲਿਮਿਟਡ, ਜਿੰਨਾ ਵੀ ਆ ਪ੍ਰਿੰਟ ਦੇ ਵਿੱਚ ਅੱਖਰ ਲਿਖੇ ਹੋਏ ਨੇ, ਇਹ ਪੂਰੇ ਸਾਫ਼ ਅਤੇ ਦਰੁਸਤ ਸਪੱਸ਼ਟ ਦਿਖਦੇ ਹੋਣਗੇ ਆਪਾਂ ਨੂੰ। ਜਿਹੜੀ ਓਰਿਜਨਲ ਕੋਰਾ ਜਿਹਾ ਉਹ ਤਾਂ ਸਾਫ਼ ਦਿਖਦੇ ਹੋਣਗੇ, ਜਿਹੜੀ ਡੁਪਲੀਕੇਟ ਆ ਉਹਦੇ ਉੱਤੇ ਥੋੜ੍ਹੇ ਜਿਹੇ ਧੁੰਦਲੇ ਹੁੰਦੇ ਨੇ ਜੀ। ਅਤੇ ਇਹ ਚੀਜ਼ਾਂ ਆਪਾਂ ਗੌਰ ਰੱਖਣੀਆਂ ਵੀ ਪੂਰਾ ਐਨ ਸਾਫ਼ ਅਤੇ ਸਹੀ, ਜਿਹੜੀ ਜਾਣੀ ਕਿ ਆਹ ਪ੍ਰਿੰਟਿੰਗ ਆ ਇਹ ਪੂਰੀ ਸਹੀ ਹੋਊਗੀ, ਇਹਦੇ ਵਿੱਚ ਕੋਈ ਗਲਤ ਨਹੀਂ ਹੋਊਗੀ। ਜਿਵੇਂ ਆਹ ਮੈਨੂਫੈਕਚਰਨ ਦੇ ਸਪੈਲਿੰਗ ਨੇ, ਡਿਊ ਪਾਉਣ ਦੇ ਸਪੈਲਿੰਗ ਨੇ, ਸਾਰੇ FMC ਇੰਡੀਆ ਪ੍ਰਾਈਵੇਟ ਲਿਮਿਟਡ ਪੰਜਾਬੀ 'ਚ ਹਿੰਦੀ 'ਚ ਜਿਵੇਂ ਵੀ ਲਿਖਿਆ ਹੋਊਗਾ ਪੂਰਾ ਦਰੁਸਤ ਲਿਖਿਆ ਹੋਊਗਾ, ਇਹਦੇ ਵਿੱਚ ਕੋਈ ਗਲਤ ਨਹੀਂ ਹੋਊਗੀ। ਐਂ ਨਹੀਂ ਹੋਊਗਾ ਵੀ F ਦੀ ਜਗ੍ਹਾ MMC ਲਿਖਤਾ ਜਾਂ ਹੋਰ ਲਿਖਤਾ ਵੀ FFC ਲਿਖਤਾ, ਪੂਰਾ FMC ਇੰਡੀਆ ਪ੍ਰਾਈਵੇਟ ਲਿਮਿਟਡ ਲਿਖਿਆ ਹੋਊਗਾ, ਅਤੇ ਪੰਜਾਬੀ 'ਚ ਵੀ ਹਿੰਦੀ 'ਚ ਵੀ ਜਿਵੇਂ ਆ ਥੱਲੇ ਹਿੰਦੀ 'ਚ ਆ, ਸਾਰੇ ਦਰੁਸਤ ਅੱਖਰ ਲਿਖੇ ਹੋਣਗੇ ਅਤੇ ਸਾਫ਼ ਸਪੱਸ਼ਟ ਦਿਖਾਈ ਦੇਣਗੇ। ਅਤੇ ਸੈਕਿੰਡ ਨੰਬਰ 'ਤੇ ਜਿਵੇਂ ਹੁਣ ਜਿਹੜੀ ਆਹ ਬੋਤਲ ਆ, ਬੋਤਲ ਦਾ ਥੱਲੜਾ ਪਾਸਾ ਦੇਖੋਗੇ, ਜਿਵੇਂ ਆਹ ਅੱਖਰ ਲਿਖੇ ਹੋਏ ਨੇ, ਅਤੇ ਇਹ ਅੱਖਰਾਂ ਨਾਪੇ ਦੇ ਵਿੱਚ ਹੋਣਗੇ ਪੱਕੇ, ਯਾਨੀ ਕਿ ਆਹ ਜਿਵੇਂ ਆਹ ਲਿਖਿਆ ਹੋਇਆ ਨਾ, ਇਹਦੇ ਉੱਤੇ ਦੇਖੋ ਧਿਆਨ ਨਾਲ, ਆ FMC ਲਿਖਿਆ ਹੋਇਆ, ਆਹ FMC ਪੁੱਠਾ ਕਰਕੇ ਐਂ ਲਿਖਿਆ ਹੋਊਗਾ, ਚਲੋ ਐਂ ਦੇਖ ਲਓ, ਅਤੇ ਆਹ ਦੇਖੋ FMC ਇਹ ਲਿਖਿਆ ਹੋਊਗਾ, ਅਤੇ ਆਹ ਰੀਸਾਈਕਲ ਵਾਲਾ ਵੀ ਇਹ ਬੋਤਲ ਰੀਸਾਈਕਲ ਹੋ ਜਾਂਦੀ ਆ, ਉਹਦੀ ਮੋਹਰ ਲੱਗੀ ਹੋਈ ਆ, ਇਹ ਲੱਗੀ ਹੋਊਗੀ ਆਹ, ਯਾਨੀ ਕਿ ਪ੍ਰਿੰਟਿੰਗ ਦੇ ਵਿੱਚ ਨਾ ਉਹਦੇ ਵਿੱਚ ਫੋਰਮੇ ਦੇ ਵਿੱਚ, ਇਹ ਬੋਤਲ ਦੇ ਫੋਰਮੇ ਦੇ ਵਿੱਚ ਇਹ ਐਂ ਲੱਗੇ ਹੋਣਗੇ, ਅਤੇ ਇਹ ਜ਼ਰੂਰੀ ਨੇ ਲੱਗੇ ਹੋਏ। ਅਤੇ ਇੱਕ ਆਹ ਜਿਹੜਾ ਨਾਲ ਪੈਮਲੇਟ ਲੱਗਿਆ ਹੁੰਦਾ, ਆਹ ਇਹਦੇ 'ਤੇ ਆਹ ਗੂੰਦ ਜੀ ਲੱਗੀ ਹੋਊਗੀ, ਆਹ ਜਿਹੜੀ ਆਹ ਗੂੰਦ ਲੱਗੀ ਹੋਈ ਆ, ਜਿਹਦੇ ਨਾਲ ਇਹ ਕਿਤੇ ਵੀ ਚਿਪਕ ਜਾਂਦੀ ਆ ਇਹ, ਜੇ ਮੰਨ ਲਓ ਮੈਂ ਹੁਣ ਇੱਥੇ ਇਹਨੂੰ ਇੱਥੇ ਚਿਪਕੇ ਦਾ, ਐਂ ਪੂਰੀ ਚਿਪਕ ਜੂਈ ਲਓ, ਇਹ ਡਿੱਗਦਾ ਨਹੀਂ ਮੁੜ ਕੇ। ਤੀਜੇ ਨੰਬਰ 'ਤੇ ਇਹ ਗੱਲ ਆਪਾਂ ਨੇ ਗੌਰ ਰੱਖਣੀ ਆ, ਪਹਿਲੇ ਨੰਬਰ 'ਤੇ ਕਿਹੜੀ ਹੋਊਗੀ ਜੀ, ਪਹਿਲੇ ਨੰਬਰ 'ਤੇ ਪ੍ਰਿੰਟਿੰਗ ਹੋਊਗੀ, ਵੀ ਪ੍ਰਿੰਟਿੰਗ ਪੂਰੀ ਸਾਫ਼ ਹੋਊਗੀ ਅਤੇ ਅੱਖਰ ਨੇ ਜਿਹੜੇ ਪੂਰੇ ਸਹੀ ਲਿਖੇ ਹੋਣਗੇ, ਕੋਈ ਗਲਤੀ ਨਹੀਂ ਹੋਊਗੀ, ਮਿਸਟੇਕ ਨਹੀਂ ਹੋਊਗੀ ਇਹਨਾਂ 'ਚ। ਦੂਜੇ ਨੰਬਰ ਦੇ ਉੱਤੇ ਵੀ ਆਹ ਇਹਦੇ ਵਿੱਚ ਉਹ ਹੋਊਗੀ, ਅਤੇ ਤੀਜੇ ਨੰਬਰ ਦੇ ਉੱਤੇ ਆਪਣੇ ਜਦੋਂ ਆਹ ਡਾਟਾ ਜਿਹਾ ਖੋਲ੍ਹਣਾ, ਆਹ ਜਿਹੜਾ ਨਾਪਾ ਇਹਦਾ, ਇਹ ਆਪਣੇ ਨਾਪਾ ਖੋਲ੍ਹ ਦੇਣਾ, ਆਹ ਇਹ ਨਾਪਾ ਖੋਲ੍ਹ ਕੇ ਸਾਈਡ 'ਤੇ ਰੱਖ ਦਿਉ, ਅਤੇ ਇਹਦੇ ਉੱਪਰ ਆਹ ਦੇਖੋ, ਆਹ ਜਿਹੜੀ ਆ ਉੱਤੇ ਕਾਗਜ਼ ਜਿਹਾ ਨਹੀਂ ਲੱਗਿਆ ਹੁੰਦਾ, ਆਹ ਕਾਗਜ਼ ਦੇਖੋ ਪੂਰੇ ਗੋਲੇ 'ਚ ਕਾਰ 'ਚ ਆ, ਵੀ ਹੱਥ ਨਾਲ ਉਂਗਲੀ ਜੀ ਪਾ ਕੇ ਆਪਾਂ ਇਹਨੂੰ ਪਾੜ ਸਕਦੇ ਹਾਂ, ਇਹ ਹੋਊਗਾ। ਅਤੇ ਜਿਹੜੀ ਡੁਪਲੀਕੇਟ ਕੋਰਾਜਨ ਹੋਊਗੀ ਉਹਦੇ ਉੱਤੇ ਬੰਦ ਹੁੰਦਾ ਪਿਓਰ, ਉੱਪਰ ਵੀ ਕਾਗਜ਼ ਲੱਗਿਆ ਹੁੰਦਾ ਉਰੇ ਆਹ ਜਗ੍ਹਾ 'ਤੇ ਵੀ, ਅਤੇ ਓਰਿਜਿਨਲ ਦੇ ਉੱਤੇ ਆਹ ਐਂ ਗੋਲ ਘਚਾਰਾ ਦੇਖੋ ਪੂਰਾ ਵਿਚਾਲੇ, ਐਂ ਜਗ੍ਹਾ ਐਂ ਵੀ ਆਪਾਂ ਇਹਨੂੰ ਇੱਥੋਂ ਪਾੜ ਸਕਦੇ ਹਾਂ, ਉਂਗਲੀ ਨਾਲ ਪਾੜ ਕੇ ਇਹਨੂੰ ਖੋਲ੍ਹ ਸਕਦੇ ਹਾਂ ਡੱਬੀ ਨੂੰ।
ਤੇ ਇਹ ਇੱਕ ਨਿਸ਼ਾਨੀ ਹੈ ਇਹਦੀ। ਤੇ ਹੋਰ ਸਭ ਤੋਂ ਵੱਡੀ ਨਿਸ਼ਾਨੀ ਆਹ ਹੁੰਦੀ ਹੈ ਜੀ, ਜਿਹੜਾ ਨੰਬਰ ਹੈ ਤੇ ਡਿਊ ਪਾਉਂਟ ਦਾ ਜਿਹੜਾ ਓਰੀਜਨੈਲਿਟੀ ਨੰਬਰ ਹੈ ਨਾ, ਉਹ ਨੰਬਰ ਦੇ ਉੱਤੇ ਆਪਾਂ ਇਹ ਮੈਸੇਜ ਕਰਨਾ ਆਹ ਨੰਬਰ ਭਰ ਕੇ ਵੱਡੇ ਅੱਖਰਾਂ ਜਿਵੇਂ ਆਹ ਲਿਖਿਆ ਹੋਇਆ 33D22 22H, ਅਤੇ ਇਹ ਮੈਸੇਜ ਕਰਨਾ ਆਪਾਂ ਨੇ। ਅਤੇ ਇਹ ਲਿਖਿਆ ਹੋਊਗਾ ਪੱਕੇ ਤੌਰ 'ਤੇ ਉਹਨਾਂ ਦਾ, ਅਤੇ ਇਹ ਮੈਸੇਜ ਆਪਾਂ ਨੂੰ ਫਿਰ ਮੈਸੇਜ ਮੂਹਰੋਂ ਰਿਵਰਸ 'ਚ ਆਊਗਾ, ਦੁਬਾਰੇ ਦੇਣਗੇ ਆ ਦੇਖੋ ਇਹ। ਅਤੇ ਉਹ ਨੰਬਰ ਕੀ ਆ, ਓਰੀਜਨੈਲਿਟੀ ਨੰਬਰ ਕੀ ਆ, ਉਹ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਪਾਊਂਗਾ। ਓਰੀਜਨੈਲਿਟੀ ਉਹ ਨੰਬਰ ਤੁਸੀਂ ਰਜਿਸਟਰ ਕਰ ਸਕਦੇ ਹੋ, ਅਤੇ ਇਹਦੇ ਉੱਪਰ ਤਾਂ ਲਿਖਿਆ ਨਹੀਂ ਹੋਇਆ ਕਿਤੇ, ਅਤੇ ਇਹਦੇ ਉੱਤੇ ਤਾਂ ਕਸਟਮ ਕੇਅਰ ਨੰਬਰ ਲਿਖਿਆ ਹੋਇਆ, ਯਾਨੀ ਕਿ ਇਹਦੇ ਉੱਤੇ ਵੀ ਕਸਟਮ ਕੇਅਰ ਨੰਬਰ 'ਤੇ ਵੀ ਜਾਂ ਈਮੇਲ ਦੇ ਉੱਤੇ ਆਪਾਂ ਕਾਲ ਕਰਕੇ, ਕਸਟਮ ਕੇਅਰ ਨੰਬਰ 'ਤੇ ਕਾਲ ਕਰਕੇ ਜਾਂ ਈਮੇਲ ਕਰਕੇ ਵੀ ਆਪਾਂ ਨੂੰ ਪਤਾ ਲੱਗ ਸਕਦਾ ਓਰੀਜਨੈਲਿਟੀ ਦਾ। ਪਰ ਜਿਹੜਾ ਓਰੀਜਨੈਲਿਟੀ ਇੱਕ ਨੰਬਰ ਸਪੈਸ਼ਲ ਡਿਊ ਪਾਉਂਡ FMC ਦਾ ਦਿੱਤਾ ਹੋਇਆ, ਉਹ ਮੇਰੇ ਕੋਲ ਹੈਗਾ, ਉਹ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਲਿਖੂੰਗਾ ਨੰਬਰ। ਉਹ ਨੰਬਰ ਦੇ ਉੱਤੇ ਤੁਸੀਂ ਯਾਨੀ ਕਿ SMS ਦੇ ਵਿੱਚ ਵੱਡੇ ਕੈਪੀਟਲ ਲੈਟਰਾਂ ਦੇ ਵਿੱਚ ਆਹ ਚੀਜ਼ ਲਿਖਣੀ, ਆਹ ਨੰਬਰ ਜਿਹੜਾ ਹੋਊਗਾ ਅਤੇ ਉਹਦੇ 'ਤੇ ਆਪਾਂ ਨੂੰ ਫਿਰ ਉਦੋਂ ਬਾਅਦ ਦੁਬਾਰੇ ਮੈਸੇਜ ਆਊਗਾ, ਆਪਾਂ ਨੂੰ ਹੋਰ ਨੰਬਰ ਤੋਂ ਮੈਸੇਜ ਭੇਜਦੇ ਹੁੰਦੀ ਆ ਕੰਪਨੀ, ਉਹ ਮੈਸੇਜ ਦੇ ਉੱਤੇ ਲਿਖ ਕੇ ਭੇਜਣਗੇ ਵੀ ਇਹ ਵੈਲਿਡ ਹੈਗਾ ਜਾਂ ਨਹੀਂ, ਜੇ ਵੈਲਿਡ ਹੈਗਾ ਤਾਂ ਓਰੀਜਨਲਿਟੀ ਹੈ, ਨਹੀਂ ਜੇ ਅਨਵੈਲਿਡ ਲਿਖਤਾ ਤਾਂ ਸਮਝ ਲਓ ਡੁਪਲੀਕੇਟ ਆ। ਅਤੇ ਇਹ ਨਿਸ਼ਾਨੀਆਂ ਹੋ ਗਈਆਂ ਜੀ ਕੋਰਾਜਨ ਦੀਆਂ, ਮੇਨ ਕਿਹੜੀਆਂ ਨੇ, ਇੱਕ ਪ੍ਰਿੰਟਿੰਗ ਵਾਲੀ ਹੋ ਗਈ, ਅਤੇ ਵੀ ਜਿਹੜੀ ਪ੍ਰਿੰਟਿੰਗ ਬਿਨਾਂ ਮਿਸਟੇਕ ਤੋਂ ਅਤੇ ਕਲੀਅਰ ਹੋਊਗੀ ਸਾਫ਼, ਇੱਕ ਆ ਫਰਮੇ ਦੇ ਵਿੱਚ ਨੰਬਰ ਹੋਊਗਾ, ਅਤੇ ਤੀਜੇ ਨੰਬਰ 'ਤੇ ਆ ਉੱਤੋਂ ਆਹ ਜਿਹੜੀ ਆ ਗੋਲ ਆ ਜਿਹੜੀ ਆ ਪੂਰੀ ਆਹ ਐਂ ਦਿੱਤੀ ਹੋਊਗੀ ਪਾਟਣ ਵਾਸਤੇ, ਚੌਥੇ ਨੰਬਰ ਦੇ ਉੱਤੇ ਆਹ ਨੰਬਰ 'ਤੇ ਆਪਾਂ ਮੈਸੇਜ ਕਰਕੇ ਭੇਜ ਸਕਦੇ ਹਾਂ, ਅਤੇ ਪੰਜਵੇਂ ਨੰਬਰ 'ਤੇ ਆਹ ਜਿਹੜਾ ਉੱਤੇ ਲਿਖਿਆ ਹੁੰਦਾ ਡਾਟਾ ਸ਼ੀਟ ਪੈਮਲੇਟ, ਆਹ ਜਿਵੇਂ ਇਹ ਕਿਤੇ ਵੀ ਚਿਪਕ ਸਕਦਾ, ਇਹ ਉਰੇ ਵੀ ਚਿਪਕ ਜਾਂਦਾ, ਦੇਖੋ ਲਓ ਇਹ ਤਾਂ ਐਂ ਗੂੰਦ ਜੀ ਲੱਗੀ ਹੁੰਦੀ ਹੈ, ਇਹ ਉਹਦੀ ਓਰੀਜਨੈਲਿਟੀ ਦੀ ਉਹ ਆ ਪੂਰੀ, ਇੱਥੇ ਵੀ ਚਿਪਕ ਜਾਂਦਾ ਇਹ ਲਓ, ਐਂ ਚਿਪਕ ਕੇ ਡਿੱਗਦਾ ਨਹੀਂ ਹੈਗਾ ਫਿਰ। ਅਤੇ ਇਹ ਪੰਜਵੇਂ ਨੰਬਰ 'ਤੇ ਹੋ ਗਿਆ ਜੀ, ਅਤੇ 6ਵੇਂ ਨੰਬਰ 'ਤੇ ਉਹੀ ਗੱਲ ਵੀ ਬਿੱਲ ਕੱਟ ਕੇ ਦਿਉ ਦੁਕਾਨਦਾਰ ਤੋਂ, ਅਤੇ ਬਿੱਲ ਦੇ ਉੱਤੇ ਬੈਚ ਨੰਬਰ ਜ਼ਰੂਰ ਪਵਾਓ, ਅਤੇ GST ਵਾਲਾ ਬਿੱਲ ਹੋਣਾ ਚਾਹੀਦਾ ਕੰਪਿਊਟਰ ਨਾਲ ਕੱਟਿਆ ਹੋਇਆ। ਅਤੇ ਇਹ ਚੀਜ਼ਾਂ ਨਾਲ ਆਪਾਂ ਓਰੀਜਨੈਲਿਟੀ ਪਰਖ ਸਕਦੇ ਹਾਂ ਕੋਰਾਜਨ ਦੀ, ਕੋਈ ਵੀ ਪੈਕ ਦੀ, ਚਾਹੇ 60 ML ਵਾਲੀ ਆ, ਚਾਹੇ 150 ML ਵਾਲੀ ਆ, ਚਾਹੇ 30 ML ਵਾਲੀ ਆ, ਕਿੰਨੀ ਵੀ ML ਵਾਲੀ ਸੀ ਪੈਕਿੰਗ ਆ, ਉਹਦੀ ਆਪਾਂ ਓਰੀਜਨੈਲਿਟੀ ਪਰਖ ਸਕਦੇ ਹਾਂ। ਅਤੇ ਇਹ ਇਸ ਨਾਲ ਦੋ ਫਾਇਦੇ ਹੁੰਦੇ ਨੇ, ਇੱਕ ਤਾਂ ਜੱਟ ਦਾ ਨੁਕਸਾਨ ਹੋਣੋਂ ਬਚ ਜਾਂਦਾ, ਫਸਲ ਵਧੀਆ ਪੈਸੇ ਦਿੰਦੀ ਆ, ਵਧੀਆ ਉਹ ਹੁੰਦੀ ਆ, ਅਤੇ ਦੂਜੇ ਨੰਬਰ 'ਤੇ ਜਿਵੇਂ ਹੁਣ ਇਹ ਜਿਹੜਾ ਪੈਕ ਆ ਇਹ, ਅਤੇ ਪੈਕ ਹੁਣ ਮੰਨ ਲਓ 17-1800 ਦਾ ਪੈਕ ਆ, 1900 ਦਾ ਵੀ ਦਿੰਦੇ ਨੇ 150 ML ਵਾਲਾ, ਇਹ ਆਪਣੇ ਪੈਸੇ ਆਪਣੇ ਸਹੀ ਕੰਮ 'ਤੇ ਲੱਗ ਜਾਂਦੇ ਨੇ, ਨਹੀਂ ਇਹ ਵੀ ਵੇਸਟ 'ਚ ਜਾਂਦੀ ਆ, ਦੁਬਾਰੇ ਫੇਰ ਲਾਉਣੇ ਪੈਂਦੇ ਨੇ ਜੇ ਡੁਪਲੀਕੇਟ ਨਿਕਲ ਜਾਵੇ। ਅਤੇ ਇੱਕ ਕੋਰਾਜਨ ਦੀ ਡੋਜ ਦੀ ਮੈਂ ਗੱਲ ਜ਼ਰੂਰ ਕਰੂੰਗਾ, ਕੰਪਨੀਆਂ 60 ML ਡੋਜ ਪਵਾ ਰਹੀਆਂ ਨੇ, ਜਿਹੜੀ ਕਿ ਗਲਤ ਆ, ਕਿਸਾਨ ਉਹ ਕੰਪਨੀ ਡੋਜ 60 ML ਹੀ ਆ, ਪਰ ਕਿਸਾਨ ਤਜਰਬਿਆਂ ਦੇ ਵਿੱਚ ਇਹ ਗੱਲ ਸਾਹਮਣੇ ਆਈ ਆ ਵੀ 25 ML ਤੋਂ ਲੈ ਕੇ 30 ML ਪਰ ਏਕੜ ਡੋਜ ਹੀ ਵਰਤਣੀ ਆ, ਵੀ ਜਿਹੜੀ ਪੂਰਾ ਰਿਜ਼ਲਟ ਦਿੰਦੀ ਆ, ਘੱਟੋ ਘੱਟ 25 ਦਿਨ ਦਾ ਰਿਜ਼ਲਟ ਦਿੰਦੀ ਆ, 25 ਦਿਨ ਤੋਂ ਘੱਟ ਰਿਜ਼ਲਟ ਨਹੀਂ ਦਿੰਦੀ, 25 ਤੋਂ 30 ML ਵਰਤੀ ਗਈ ਡੋਜ ਵੀ 25 ਦਿਨ ਦਾ ਰਿਜ਼ਲਟ ਦਿੰਦੀ ਆ। ਅਤੇ ਜਿਹੜੀ 60 ML ਡੋਜ ਆ ਉਹ ਕੰਪਨੀ ਵੀ ਦਾਅਵਾ ਕਰਦੀ ਆ ਵੀ 2 ਮਹੀਨਿਆਂ ਦਾ ਰਿਜ਼ਲਟ ਦਿੰਦੀ ਆ, ਇੰਨੇ 2 ਮਹੀਨਿਆਂ ਦਾ ਆਪਾਂ ਨੂੰ ਰਿਜ਼ਲਟ ਦੀ ਲੋੜ ਨਹੀਂ ਹੁੰਦੀ, ਕਿਉਂਕਿ ਆਪਾਂ ਨੇ 20 ਦਿਨਾਂ ਬਾਅਦ 25 ਦਿਨਾਂ ਬਾਅਦ ਦੁਬਾਰੇ ਸਪਰੇ ਕਰਨੀ ਹੁੰਦੀ ਆ, ਜਿਹਦੇ ਉੱਤੇ ਆਪਾਂ ਨੇ ਦੁਬਾਰੇ ਫਿਰ ਕੋਰਾਜਨ ਜਾਂ ਕੋਈ ਹੋਰ ਫੇਮ ਵਰਗੀ ਕੋਈ ਵੀ ਸਸਤਾ ਸਾਲਟ ਆਪਾਂ ਦੁਬਾਰੇ ਯੂਜ ਕਰਦੇ ਹਾਂ ਸੁੰਡੀ ਵਾਸਤੇ, ਲੰਬੇ ਰਿਜ਼ਲਟ ਦੀ ਆਪਾਂ ਨੂੰ ਲੋੜ ਨਹੀਂ ਹੁੰਦੀ, ਵੱਧ ਤੋਂ ਵੱਧ 25 ਜਾਂ 30 ਦਿਨਾਂ ਦੀ ਰਿਜ਼ਲਟ ਦੀ ਲੋੜ ਹੁੰਦੀ ਆ, ਉਹ 25 ਤੋਂ 30 ML ਡੋਜ ਪੂਰਾ ਕਰਦੀ ਆ। ਇਹ ਧੰਨਵਾਦ ਜੀ, ਕੋਈ ਵੀ ਸਵਾਲ ਹੋਵੇ ਓਰੀਜਨੈਲਿਟੀ ਬਾਰੇ ਜਾਂ ਕੋਈ ਵੀ ਕਿਸੇ ਵੀ ਕੋਰਾਜਨ ਬਾਰੇ ਤਾਂ ਕਮੈਂਟ ਬਾਕਸ 'ਚ ਪੁੱਛ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ।